ਦੇਸ਼ ਭਰ ਦੇ ਵਿੱਚ ਹੋਲੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਵਾਰ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਰਾਜਨੀਤਿਕ ਦਾ ਰੰਗ ਹੋਲੀ ਉੱਤੇ ਵੀ ਚੜਿਆ ਹੋਇਆ। ਤੁਸੀਂ ਦੇਖ ਸਕਦੇ ਹੋ ਇਸ ਵਕਤ ਹੋਲੀ ਦੇ ਵਿੱਚ ਜਿਹੜੀ ਪਿਚਕਾਰੀ ਹੈ ਉਸ ਉੱਤੇ ਵੀ ਰਾਜਨੀਤਿਕ ਪਾਰਟੀਆਂ ਜਿਹੜੇ ਉਹਨਾਂ ਦੇ ਨਿਸ਼ਾਨ ਬਣੇ ਹੋਏ ਨੇ। ਇਸ ਦੇ ਨਾਲ ਨਾਲ IPL ਦਾ ਦੌਰ ਵੀ ਚੱਲਿਆ ਹੋਇਆ। IPL ਦੇ ਵੀ ਤੁਸੀਂ ਦੇਖ ਸਕਦੇ ਹੋ ਕਿ IPL ਦਾ ਰੰਗ ਵੀ ਜਿਹੜਾ ਇਸ ਵਾਰ ਹੋਲੀ ਉੱਤੇ ਚੜਿਆ ਹੋਇਆ। ਵਿਰਾਟ ਕੋਹਲੀ ਦੀ ਤਸਵੀਰ ਨਾਲ ਬਣੀ ਹੋਈ ਪਿਚਕਾਰੀ, ਹਾਰਦਿਕ ਪਾਂਡਿਆ ਨਾਲ ਬਣੀ ਹੋਈ ਤਸਵੀਰ ਦੀ ਪਿਚਕਾਰੀ ਜਿਹੜੀ ਬਾਜ਼ਾਰ ਦੇ ਵਿੱਚ ਖੂਬ ਮੰਗ ਨਾਲ ਵਿਕ ਰਹੀ ਹੈ। ਲੋਕਾਂ ਦੀ ਡਿਮਾਂਡ ਦੇ ਮੁਤਾਬਕ ਹੀ ਸਮਾਨ ਆਇਆ ਜੀ ਇਸ ਵਾਰ। ਪਹਿਲਾਂ ਆਪਣੇ ਬਾਜ਼ਾਰ 'ਚ ਚਾਈਨਾ ਦਾ ਸਮਾਨ ਬਹੁਤ ਜ਼ਿਆਦਾ ਆਉਂਦਾ ਸੀ, ਹੁਣ ਇੰਡੀਆ ਦਾ ਮੈਨੂਫੈਕਚਰਡ ਆ ਜਿਹੜਾ ਆਪਣਾ ਆ ਉਹ ਹੀ ਆ ਰਿਹਾ ਜੀ। ਮੰਗ ਜਿਵੇਂ IPL ਚੱਲਦਾ ਹੈ ਉਹਦੇ ਅਕੋਰਡਿੰਗ ਵੀ ਪਿਚਕਾਰੀ ਆ ਰਹੀ ਹੈ, ਅਤੇ ਇਲੈਕਸ਼ਨਾਂ ਦਾ ਟਾਈਮ ਹੈ ਉਹਦੇ ਅਕੋਰਡਿੰਗ ਵੀ ਪਾਰਟੀਆਂ ਦੇ ਚੋਣ ਨਿਸ਼ਾਨ ਦੇ ਮੁਤਾਬਕ ਵੀ ਆ ਰਹੀਆਂ ਹੈ। ਬਾਕੀ ਰੌਣਕ ਹੈ ਜੀ ਬਾਜ਼ਾਰ ਦੇ ਵਿੱਚ, ਰੰਗ ਸਭ ਆਪਣੇ ਕੋਲ ਔਰਗੈਨਿਕ ਹੈ, ਹਰਬਲ ਦੇ ਆ, ਬਹੁਤ ਵਧੀਆ ਵਧੀਆ। ਆਪਣੇ ਕੋਲ ਸਪਰੇਅ ਆ ਜੀ, ਹੈਗੀ ਹੈ ਕਲਰ ਵਾਲੀ ਸਪਰੇਅ ਹੈ, ਇੱਕੋ ਹੀ ਡੱਬੀ 'ਚੋਂ ਦੋ ਰੰਗ ਦੀਆਂ ਸਪਰੇਆਂ ਵੀ ਨਿਕਲਦੀਆਂ ਜੀ। ਜਿਵੇਂ ਰੰਗ ਹੈ ਹਰਬਲ ਦੇ ਬਹੁਤ ਪਿਆਰੇ ਕਲਰ ਆਏ ਜੀ, ਅਤੇ ਲੋਕਾਂ ਦਾ ਬਹੁਤ ਉਤਸ਼ਾਹ ਆ ਜੀ, ਬਾਜ਼ਾਰ ਆ ਰਹੇ ਆ ਜੀ, ਹੁਮ ਹੁਮ ਆ ਕੇ ਆਓ ਬਾਜ਼ਾਰ ਦੇ ਵਿੱਚ। ਇਸ ਵਾਰ ਹਰਬਲ ਕਲਰ ਦੀ ਬਹੁਤ ਡਿਮਾਂਡ ਹੈ, ਇੱਕ ਸਾਡੇ ਉਹ ਪਿਓਰ ਕਲਰ ਤਾਂ ਇਹਦਾ ਬਾਹਰ ਲੱਗੇ ਹੋਏ ਹੈ, ਇਹਦੀ ਡਿਮਾਂਡਸ ਹੈ। ਮੇਡ ਇਨ ਇੰਡੀਆ ਪਿਚਕਾਰੀ ਬਹੁਤ ਚੱਲ ਰਹੀ ਹੈ, ਚਾਈਨੀਜ਼ ਦਾ ਤਾਂ ਰਿਵਾਜ਼ ਹੀ ਖਤਮ ਹੋ ਗਿਆ, ਪਿੱਛੇ ਹੀ ਨਹੀਂ ਆ ਰਹੀ। ਬੈਲੂਨਸ ਆਏ ਹੈ, ਔਰਗੈਨਿਕ ਕਲਰਸ ਹੈ, ਸਮੋਕ ਹੈ, ਗਨ ਆਈ ਹੈ ਜਿਹਦੇ ਵਿੱਚ ਧੂੰਆਂ ਨਿਕਲਦਾ ਹੈ, ਸਿਲੰਡਰ ਹੈ, ਕਾਫੀ ਜ਼ਿਆਦਾ ਵਰਾਇਟੀਜ਼ ਪਰ ਚੱਲ ਰਹੀ ਹੈ ਔਰ ਕਸਟਮਰ ਵੀ ਬਹੁਤ ਅੱਛਾ ਚੱਲ ਰਿਹਾ। ਡਿਮਾਂਡ ਵੀ ਬਹੁਤ ਅੱਛੀ ਹੈ, ਵਧੀਆ ਕਲਰ ਵਿਕਦੇ, ਹਲਕਾ ਤਾਂ ਵਿਕਦਾ ਹੀ ਨਹੀਂ, ਜਿਵੇਂ ਗੇਰੀ ਚੱਲਦੀ ਸੀ ਬਿਲਕੁਲ ਮਿੱਟੀ ਵਾਲੇ ਕਲਰ, ਉਹਦੇ ਵਿਕਦੇ ਹੀ ਨਹੀਂ, ਅੱਜ ਕੱਲ੍ਹ ਵਧੀਆ ਤੋਂ ਵਧੀਆ ਕਲਰ ਮੈਂ ਵਿਕਦਾ। ਇਸ ਵਾਰ ਇੱਕ ਖਾਸ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਸਾਰੇ ਪ੍ਰੋਡਕਟ ਕਿਸੇ ਸਮੇਂ ਚਾਈਨਾ ਦੇ ਵੇਚੇ ਜਾਂਦੇ ਸੀ। ਇਸ ਵਾਰ ਜਿਹੜੀ ਮੰਗ ਹੈ ਉਹ ਜਿੰਨੀਆਂ ਵੀ ਬਾਜ਼ਾਰ ਦੇ ਵਿੱਚ ਜਿੰਨੀਆਂ ਪਿਚਕਾਰੀਆਂ ਆਉਂਦੀਆਂ ਪਈਆਂ ਉਹ ਸਾਰੀਆਂ ਮੇਡ ਇਨ ਇੰਡੀਆ ਦੇ ਪਿਚਕਾਰੀਆਂ ਹਨ, ਜਿਸ ਦੀ ਗ੍ਰਾਹਕਾਂ ਵੱਲੋਂ ਖੂਬ ਮੰਗ ਕੀਤੀ ਜਾ ਰਹੀ ਹੈ। ਪਠਾਨਕੋਟ ਤੋਂ ਜਤਿਸ਼ ਸ਼ਰਮਾ, ਨਿਊਜ਼ 18 ਪੰਜਾਬ।